ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਕਮਲਦੀਪ ਕੰਮ ਆ। ਵੀਰੋ ਭੈਣੋ ਬਜ਼ੁਰਗੋ, ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਹਾਂ ਉਹ ਸਭ ਲਈ ਬਹੁਤ ਜ਼ਰੂਰੀ ਹੈ। ਅਤੇ ਬਣਾ ਕਾਹਦੇ ਉੱਤੇ ਰਹੇ ਹਾਂ, ਪਾਣੀ 'ਤੇ। ਜਿਹੜਾ ਅਸੀਂ ਸਵੇਰੇ ਸਾਜਰੇ ਉੱਠ ਕੇ ਨਿਰਨੇ ਕਾਲਜੇ ਪਾਣੀ ਪੀਂਦੇ ਹਾਂ ਉਹਦੇ ਸਾਨੂੰ ਕੀ ਫਾਇਦੇ ਆ? ਜਿੱਦਾਂ ਸਿਆਣੇ ਕਰਦੇ ਸੀ ਪੁਰਾਣੇ ਸਮਿਆਂ ਨੂੰ ਲੈ ਲਓ, ਉਹ ਸਵੇਰੇ ਸਾਜਰੇ ਉੱਠ ਕੇ ਬੇਹਾ ਪਾਣੀ ਜਿਹੜਾ ਸਿਰਾਣੇ ਪਿਆ ਹੁੰਦਾ ਸੀ ਗਲਾਸ ਪੀਂਦੇ ਹੁੰਦੇ ਸੀ, ਦਾਤਣ ਦੁੱਤਣ ਦਾ ਜੁਗਾੜ ਬਾਅਦ 'ਚੋਂ ਕਰਦੇ ਸੀ। ਸੇਮ ਉਵੇਂ ਹੀ ਕਰਨਾ, ਭੁੰਜੇ ਪੈਰ ਲਾਉਣ ਤੋਂ ਪਹਿਲਾਂ, ਦੰਦ ਰਗੜਨ ਤੋਂ ਪਹਿਲਾਂ ਇੱਕ ਗਲਾਸ ਤੁਸੀਂ ਪਾਣੀ ਦਾ ਪੀਣਾ। ਉਹਨਾਂ ਫਾਇਦਾ ਕੀ ਹੁੰਦਾ, ਜਿਹੜੇ ਕਿਡਨੀ ਸਟੋਨ ਬਣਦੇ ਆ ਉਹਨਾਂ ਤੋਂ ਤੁਹਾਨੂੰ ਬਚਾਉਂਦਾ, ਜਿਹੜਾ ਬਲੈਡਰ ਹੈ ਤੁਹਾਡਾ ਉਹਨੂੰ ਇਨਫੈਕਸ਼ਨ ਤੋਂ ਬਚਾਉਂਦਾ, ਅਤੇ ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ, ਮਤਲਬ ਤੁਹਾਡਾ ਇੰਜਣ ਇੰਨਾ ਕੁ ਧੱਕੜ ਕਰ ਦਿੰਦਾ, ਕੋਈ ਵੀ ਨਜ਼ਲਾ ਜ਼ੁਕਾਮ ਤਾਪ ਤੂਪ ਤੁਹਾਡੇ ਕਦੇ ਲਾਗੇ ਨਹੀਂ ਆਉਂਦਾ। ਨਹੀਂ ਹੁੰਦਾ ਕੀ ਹੈ, ਅੱਜ ਦੇ ਸਮਿਆਂ 'ਚ ਮਾੜਾ ਜਿਹਾ ਬੇਮੌਸਮਾਂ ਵੀ ਪਿਆ ਨਹੀਂ, ਬੰਦਾ ਅੰਦਰ ਬੈਠੋ ਬੈਠਾ ਹੀ ਬਿਮਾਰ ਹੋ ਜਾਂਦਾ। ਸੋ ਇਹ ਜਿਹੜਾ ਤੁਸੀਂ ਨਿਰਨੇ ਕਾਲਜੇ ਪਾਣੀ ਪੀਂਦੇ ਹੋ, ਤੁਹਾਡੇ ਇਮਿਊਨ ਸਿਸਟਮ ਨੂੰ ਇੰਨਾ ਕੁ ਤਗੜਾ ਕਰ ਦਿੰਦਾ ਅੰਦਰ ਨੂੰ, ਕਿ ਤੁਹਾਨੂੰ ਆਹ ਜਿਹੜੇ ਨਜ਼ਲੇ ਜ਼ੁਕਾਮ ਹੈ ਤਾਪ ਤੂਪ ਚੜ੍ਹਦੇ, ਇਹਨਾਂ ਤੋਂ ਬਿਲਕੁਲ ਤੁਹਾਨੂੰ ਬਚਾ ਕੇ ਰੱਖਦਾ। ਅਤੇ ਤੁਹਾਡੇ ਜਿਹੜੇ ਵਾਲ ਹੈ ਅਤੇ ਸਕਿਨ ਹੈ ਉਹਨਾਂ ਨੂੰ ਸੌਫਟ ਕਰਦਾ, ਅਤੇ ਵਧੀਆ ਗੱਲ ਇਹ ਹੈ ਕਿ ਤੁਹਾਡੇ ਵਾਲਾਂ ਦੀ ਗਰੋਥ ਕਰਨ 'ਚ ਵੀ ਹੈਲਪ ਕਰਦਾ, ਅਤੇ ਨਾਲ ਦੀ ਨਾਲ ਰੀਹਾਈਡਰੇਟ ਕਰਦਾ। ਜਦੋਂ ਸਵੇਰੇ ਉੱਠ ਕੇ ਤੁਸੀਂ ਪਾਣੀ ਪੀਂਦੇ ਹੋ ਤੁਹਾਡੀ ਬੋਡੀ ਨੂੰ ਰੀਹਾਈਡਰੇਟ ਕਰਦਾ, ਅਤੇ ਤੁਹਾਡੇ ਜਿਹੜਾ ਬ੍ਰੇਨ ਹੈ ਦਿਮਾਗ ਹੈ ਉਹਨੂੰ ਫਿਊਲ ਦਿੰਦਾ। ਸੋ ਵੀਰੋ ਭੈਣੋ ਬਜ਼ੁਰਗੋ, ਇੱਕ ਜਿਹੜਾ ਇਹਦਾ ਲਾਭ ਨਹੀਂ ਹੈ, ਇੱਕ ਬੈਨੀਫਿਟ ਨਹੀਂ ਹੈ, ਅਤੇ ਬਹੁਤ ਬੈਨੀਫਿਟ ਹੈ। ਸੋ ਮੈਂ ਸਪੈਸ਼ਲ ਭੈਣਾਂ ਨੂੰ ਬੇਨਤੀ ਕਰਦਾ, ਜਿਹੜੀਆਂ ਸਵੇਰੇ ਉੱਠ ਕੇ ਬੇਟਾ ਬ੍ਰਸ਼ ਕਰ ਲਓ, ਜੇ ਕਰ ਲਓ, ਵੋ ਕਰ ਲਓ, ਉਹ ਕਰਨ ਤੋਂ ਪਹਿਲਾਂ ਇੱਕ ਇੱਕ ਗਲਾਸ ਉਹਨਾਂ ਨੂੰ ਬੇਹੇ ਪਾਣੀ ਦਾ ਦਿਓ, ਬ੍ਰਸ਼ ਕਰਨ ਤੋਂ ਪਹਿਲਾਂ, ਜਿਹੜੇ ਦੰਦ ਰਗੜਨ ਤੋਂ ਪਹਿਲਾਂ, ਤਾਂ ਦੇਖਿਓ 15-20 ਦਿਨਾਂ ਦੇ ਵਿੱਚ ਜਿਹੜੇ ਇੰਜਣ ਹੈ ਕਿਵੇਂ ਧੱਕੜ ਬਣਦੇ ਆ, ਬਿਲਕੁਲ 4x4। ਇੱਕ ਗੱਲ ਯਾਦ ਰੱਖੋ, ਇੰਜਣ ਧੱਕੜ ਹੋਣਾ ਚਾਹੀਦਾ, ਬਾਡੀ ਹਲਕੀ ਹੋਵੇ, ਭਾਰੀ ਹੋਵੇ, ਬਸ ਇੰਜਣ ਧੱਕੀ ਫਿਰਦਾ। ਸੋ ਵੀਰੋ ਭੈਣੋ ਬਜ਼ੁਰਗੋ, ਇਹ ਨੁਸਖਾ ਆ ਅਤੇ ਇੱਕ ਲੌਜਿਕ ਆ, ਇਹ ਤੱਥ ਆ ਸਾਡੇ ਸਿਆਣਿਆਂ ਦਾ ਅਤੇ ਅੱਜ ਦੇ ਟਾਈਮ ਦਾ ਵੀ। ਇਹ ਅਪਣਾਓ, ਦੇਖੋ ਕਿਵੇਂ ਫਰਕ ਮਿਲਦਾ, ਕਿਵੇਂ ਜਿਹੜੇ ਇੰਜਣ ਹੈ ਧੱਕੜ ਬਣਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।